जन्माष्टमी के पवित्र दिहाड़े को लैके जिते मंदिरों च रौनकां ने, जिते लोग एक आस्था एक धार्मिक आस्था नाल दिहाड़ा पूरी श्रद्धा नाल मना रहे हैं, उत्थे ही जे तुसीं देखो कि बेक शॉप दे विच वी इहदी रौनक एक वक्खरी है। केक जिहड़े आ मटकी वाले केक देखण नूं मिल रहे ने, और एक हर एक केक नूं सजाया इवें कहा कि मुरली वाले केक, मटकी वाले केक जां एक मोर पंख वाले केक, ये एक खिच का केंद्र बने हुए हैं। और लोग भी ऑर्डरस के उत्ते भी मंगवा रहे हैं, मंदिरों के विच भी जा रहे हैं, कई केक लोग घर लैके जा रहे हैं, और जोड़ा भी केक कोई लैके जा रहा वो उत्ते जो टैग जरा लगा रहा वो कान्हा जी का हैप्पी बर्थडे का टैग लगा रहा, और ये तस्वीर ही एक वक्री आकर्षित करने वाली तस्वीर ने। और गल करते हैं इस बेक शॉप मालिक नाल भी है और कुछ लोगों नाल भी जो इतने केक लैन पहुँच रहे हैं, तो यह कैसे एक आइडिया आया है सर? ऑर्डर से है ही, ऑर्डर से ना रेगुलर रूटीन च भी चल रहे हैं, क्योंकि जेडे कस्टमर अपने बर्थडे का केक लैके आ रहे हैं, बच्चों का बर्थडे वो अपना वो नहीं खा रहे, खाना जी वाला केक लैके जा रहे हैं, क्योंकि शुभ दिहाड़ा वो बच्चों उत्साहित भी कर रहे हैं ताकि उन्होंने पता लगे। मटकी है मक्खन बाल आ रहा है, वो एक खास ये क्यों सोचा गया कि मटकी वाला ही केक है? थानू पता कान्हा जी शकीन ही इस चीज के ही, उस चीज़ को सारे दसन वास्ते दसन की लड़ ही नहीं, एक्चुअली सारे पता ही है, वो खुश होंगे वो केक देख के, तो ही वो केक ज्यादा लाइक कर रहे हैं, वो ज्यादा पसंद कर रहे हैं, लेके जा रहे हैं। ਕਿਵੇਂ ਨੇ ਲੱਗ ਰਿਹਾ ਕਿ ਸਵੇਰ ਤੋਂ ਜਿਵੇਂ ਆਰਡਰ ਸੀ ਤਾਂ ਆਰਡਰ ਤੋਂ ਇਲਾਵਾ ਵੀ ਤੁਹਾਡੇ ਕੋਲ ਕੇਕ ਦੀ ਸਰਵਿਸ? ਆਮ ਦਿਨਾਂ ਨਾਲੋਂ ਕੁਝ ਅਲੱਗ ਮਹਿਸੂਸ ਹੁੰਦਾ ਹੈ, ਮਜ਼ਾ ਆਉਂਦਾ ਕੰਮ ਕਰਨ ਦਾ ਜ਼ਿਆਦਾ, ਕਿ ਕਸਟਮਰ ਦੇ ਨਾਲ ਹੀ ਸਾਰਾ ਕੁਝ ਹੈ, ਕਸਟਮਰ ਆਉਂਦਾ ਖੁਸ਼ ਹੁੰਦਾ ਦੇਖ ਕੇ, ਔਰ ਰੌਣਕ ਜ਼ਿਆਦਾ ਲੱਗਦੀ ਹੈ ਤੁਹਾਡੇ ਸਾਹਮਣੇ ਹੀ, ਤੁਸੀਂ ਦੇਖ ਸਕਦੇ ਹੋ, ਕਿਉਂਕਿ ਜਦੋਂ ਡਿਸਪਲੇ 'ਤੇ ਲੱਗਾ ਹੋਇਆ ਦੇਖਦਾ ਪਿਆ ਤੇ ਉਹ ਡਿਮਾਂਡ ਵੀ ਨਾਲ ਨਾਲ ਕਰ ਰਿਹਾ, ਨਾਲ ਨਾਲ ਤਿਆਰ ਹੋ ਰਿਹਾ। ਬਿਲਕੁਲ ਸਰ, 100% ਕਰ ਰਹੇ ਨੇ, ਕੋਈ ਤਾਂ ਛੋਟੇ ਲੱਗੇ ਨੇ, ਕਸਟਮਰਾਂ ਦੀ ਡਿਮਾਂਡ ਹੈ, ਸਾਨੂੰ ਹੋਰ ਵੱਡਾ ਵੀ ਚਾਹੀਦਾ, ਉਹ ਵੀ ਰੈਡੀ ਕਰਕੇ ਦੇ ਰਿਹਾ। ਕੁਝ ਮੰਦਰਾਂ 'ਚ ਵੀ ਗਏ ਹੋਣਗੇ? ਬਹੁਤ ਸਾਰੇ ਗਏ ਨੇ, ਔਰ ਭੇਜ ਵੀ ਰਹੇ ਹਾਂ ਅਸੀਂ, ਡਿਲੀਵਰੀ ਵੀ ਕਰਦੇ ਹਾਂ, ਫੋਨ ਆਉਂਦੇ ਆ ਅਸੀਂ ਭੇਜੀ ਜਾਂਦੇ ਹਾਂ ਜੀ। ਮੇਰਾ ਨਾਮ ਵਿਜੇ ਕੁਮਾਰ। ਅੱਛਾ ਵਿਜੇ ਜੀ, ਕਿਵੇਂ ਦਾ ਇੱਕ ਕਨਸੈਪਟ ਆਇਆ, ਕਿਵੇਂ ਦਿਮਾਗ 'ਚ ਇੱਕ ਆਈਡੀਆ ਆਇਆ ਕਿ ਕੇਕ ਬਣਾਏ ਜਾਣ? ਸ਼ੁਰੂ ਤੋਂ ਬੇਕਰੀ ਦਾ ਕੰਮ ਕਰ ਰਹੇ ਹਾਂ, ਸਾਨੂੰ ਪਤਾ ਹੈ ਕ੍ਰਿਸ਼ਨ ਜੀ ਦਾ ਬਰਥਡੇ ਹੈ ਤੇ ਅੱਜ ਮਟਕੀ ਵਾਲੇ ਕੇਕ ਵਿਕਣੇ ਆ, ਅਸੀਂ ਬੜੇ ਸ਼ਰਧਾ ਨਾਲ ਤਿਆਰ ਕਰ ਰਹੇ ਹਾਂ ਤੇ ਲੋਕੀ ਖਰੀਦ ਰਹੇ ਆ, ਬੜੇ ਮਜ਼ੇ ਹੋ ਰਹੇ ਨੇ ਜੀ। ਅੱਜ ਦਿਨ ਵੀ ਹਾਂਜੀ ਕਾਨਾ ਜੀ ਦਾ ਤੇ ਫਿਰ ਕੇਕ ਦੇ ਉੱਤੇ ਵੀ ਕਾਨਾ ਜੀ, ਕਾਨਾ ਦੇ ਉੱਤੇ ਲਿਖਿਆ ਗਿਆ, ਲੋਕ ਬੜੇ ਖੁਸ਼ ਹੋ ਰਹੇ ਨੇ ਤੇ ਬੜਾ ਪਸੰਦ ਕਰਦੇ ਪਏ ਨੇ, ਅਸੀਂ ਉਸ ਚਾਵਾਂ ਨਾਲ ਬਣਾ ਰਹੇ ਹਾਂ ਤੇ ਲੋਕੀ ਖਾ ਰਹੇ ਨੇ। ਖਾਸ ਆਰਡਰਸ ਵੀ ਹੋਣਗੇ? ਬਹੁਤ ਆਰਡਰ ਆ ਰਹੇ ਨੇ, ਮਜ਼ਾ ਆ ਰਿਹਾ ਤੁਸੀਂ ਨੂੰ? ਹਾਂਜੀ ਹਾਂਜੀ, ਆਪਸ ਵਿੱਚ ਵੀ ਗੁੱਜਦੇ ਪਏ ਕਿ ਉਹ ਹੋ ਜਾਂਦਾ ਜੀ, ਕੋਈ ਕਹਿੰਦਾ ਮੈਂ ਉਹ ਲੈਣਾ, ਕੋਈ ਕਹਿੰਦਾ ਮੈਂ ਆ ਲੈਣਾ, ਇੱਕ ਨੇ 5 ਮਿੰਟ ਵੇਟ ਕਰੋ ਜੀ, 5 ਮਿੰਟ ਜੇ ਕੇਕ ਤਾਂ ਹੋਰ ਦੇ ਦਿੰਨੇ, ਸਾਡੀ ਟੀਮ ਲੱਗੀ ਹੋਈ ਹੈ, 5 ਮਿੰਟ ਲਾਉਂਦੇ ਹੀ ਕੇਕ ਤਿਆਰ ਕਰਦੇ ਰਹਿੰਦੇ, ਨਾਰਾਜ਼ ਕਿਸੇ ਨੂੰ ਹੋਣ ਨਹੀਂ ਦਿੰਦੇ, ਕਿਉਂਕਿ ਦਿਨ ਵੀ ਅੱਜ ਖੁਸ਼ੀ, ਦਿਨ ਵੀ ਅੱਜ ਖੁਸ਼ੀ ਦਾ, ਨਾਰਾਜ਼ ਕਰਨਾ ਨਹੀਂ ਕਿਸੇ ਨੂੰ, ਖੁਸ਼ੀ ਖੁਸ਼ੀ ਕੰਮ ਚਲਾ ਰਹੇ ਹਾਂ, ਬੜਾ ਲੋਕ ਪਸੰਦ ਕਰ ਰਹੇ ਆ। ਜਿਹੜਾ ਕੇਕ ਤੁਸੀਂ ਲਿਆ ਸਪੈਸ਼ਲੀ, ਹਾਂਜੀ ਹਾਂਜੀ, ਕਿਵੇਂ ਦੀ ਤਿਆਰੀਆਂ ਜਨਮਅਸ਼ਟਮੀ ਮਨਾਉਣ ਦੀਆਂ? ਹਾਂਜੀ ਹਾਂਜੀ, ਕੈਡ ਕੀਤਾ ਗਿਆ? ਹਾਂਜੀ ਹਾਂਜੀ, ਅੱਜ ਕ੍ਰਿਸ਼ਨ ਮਹਾਰਾਜ ਜੀ ਦਾ ਹੈਪੀ ਬਰਥਡੇ ਆ ਜੀ, ਅੱਜ ਉਹਨਾਂ ਦਾ ਕੇਕ ਅਸੀਂ ਕੱਟਾਂਗੇ ਘਰ ਜਾ ਕੇ ਆਪਣੀ ਸਾਰੀ ਫੈਮਿਲੀ ਦੇ ਨਾਲ, ਸ਼ਾਮ ਨੂੰ ਅਸੀਂ ਸੈਲੀਬ੍ਰੇਟ ਕਰਾਂਗੇ ਜੀ। ਬੱਚਿਆਂ 'ਚ ਵੀ ਸ਼ੌਂਕ ਹੋਊਗਾ? ਹਾਂਜੀ ਬਿਲਕੁਲ ਜੀ, ਅਸੀਂ ਘਰ ਆਪਣੇ ਸਾਡੇ ਲੱਡੂ ਗੋਪਾਲ ਜੀ ਅਸੀਂ ਰੱਖੇ ਹੋਏ ਆ, ਉਹਨਾਂ ਦੀ ਅਸੀਂ ਸੇਵਾ ਕਰਦੇ ਹਾਂ। ਦੇਖਿਆ ਜਿਵੇਂ ਇੱਕ ਬੇਕ ਸ਼ਾਪ ਮਾਲਕ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਇੱਕ ਖਾਸ ਇੱਕ ਮੰਤਵ ਦੇ ਨਾਲ ਇੱਕ ਇਸ ਦਿਨ ਨੂੰ ਕਹਿ ਲਈਏ ਕਿ ਇੱਕ ਲੋਕਾਂ ਦੇ ਆਰਡਰਸ 'ਤੇ ਸੀ, ਉਹਨਾਂ ਨੂੰ ਲੈ ਕੇ ਜਿੱਥੇ ਕੇਕ ਤਿਆਰ ਕੀਤੇ ਗਏ ਉੱਥੇ ਹੀ ਹੁਣ ਲਗਾਤਾਰ ਜਿਹੜਾ ਲੋਕ ਜਦੋਂ ਡਿਸਪਲੇ 'ਤੇ ਕੇਕ ਦੇਖ ਰਹੇ ਨੇ ਅਤੇ ਆਰਡਰ ਤੋਂ ਇਲਾਵਾ ਵੀ ਜਿਹੜੇ ਲੋਕ ਹੋਰ ਸਮਾਨ ਲੈ ਕੇ ਆ ਰਹੇ ਨੇ ਉਹ ਵੀ ਇਹ ਕੇਕ ਲੈ ਕੇ ਜਾ ਰਹੇ ਨੇ ਘਰ, ਔਰ ਇੱਕ ਲੋਕਾਂ ਦੇ ਵਿੱਚ ਵੱਡਾ ਉਤਸ਼ਾਹ ਹੈ, ਔਰ ਇਸ ਦਿਹਾੜੇ ਨੂੰ ਪੂਰੀ ਸ਼ਰਧਾ ਦੇ ਨਾਲ ਲੋਕ ਮਨਾ ਰਹੇ ਨੇ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ, ਗਲੋਬਲ ਪੰਜਾਬ ਲਈ, ਗੁਰਦਾਸਪੁਰ।